रात दे 12 बजे पे कॉफ़ी पी रहे हैं, और रूममेट सारे बाहर बैठे हुए ने, खप खाना कर रहे ने। ते जिंदगी की कहते सी पछतो फिल्म की तरह हो गई है। ना तो समझ आई है, कुछ पल नहीं पैन दिया, वेख दे भलाओ की कर दे फिर बाहर। इसके लिए कुछ करना चाहिए। पुलिस वालों ने इसे पकड़ लिया, पर पता नहीं क्या करेंगे। अगर जंगल में चाह पीनी है, चाह पीनी है। ओ तो कहंदा सी नहीं, सानू तो सवेरे 6 बजे तक नींद नहीं हुंदी। प्याज पीनी चाह। ਕਿਹੜੀ ਮੂਵੀ ਆ? ਇੱਕ ਸੰਧੂ ਹੁੰਦਾ ਸੀ ਪੰਜਾਬੀ। ਪੰਜਾਬੀ ਤੇ ਵੈਬਸਾਈਟ ਕਿਹੜੀ ਆ? ਵਾਚ ਆਨਲਾਈਨ ਮੂਵੀ ਸਟੋਰ ਤੋਂ ਡਾਊਨਲੋਡ ਕਰ, ਮੇਰੇ ਕੋਲ ਸਪੇਸ ਨਹੀਂ ਹੈ। ਉਧਰ ਕਾਹਤੋਂ ਚਲਾਉਣੀ ਮੈਂ ਤੈਨੂੰ ਉਹਦੀ ਲਿੰਕ ਸੈਂਡ ਕਰ ਦੇਣਾ। ਡਾਇਰੈਕਟ ਨਹੀਂ ਚੱਲਦੀ YouTube ਤੋਂ ਬਗੈਰ ਉਧਰ। ਆਪਕਾ ਧੰਨਾ ਜ਼ਬਰਦਸਤ ਚੱਲਦਾ ਰਹੇਗਾ। ਸੁਖਾਨੀ ਜੋ ਕਾਮ ਤੁਮਸੇ ਕਹਾ ਗਿਆ ਵੋ ਕਰੋ। ਅੱਛਾ ਸਾਹ ਬਣਾ ਕੇ ਰੱਖਿਆ ਜਿਵੇਂ ਇਤਕਾਫ ਤੇ ਬੈਠੇ ਹੁੰਦੇ ਆ 24 ਘੰਟੇ ਅੰਦਰ। ਫਾਸਲਾ ਰੱਖੋ, ਫਾਸਲਾ ਜੁੜ ਜੁੜ ਕੇ ਬੈਠੇ ਕਰ ਦੇਣਗੇ। ਮੈਂ ਸਾਰੀਆਂ ਇਕੱਠੀਆਂ ਕਰਕੇ ਨਾ ਪਾ ਦੇਣੀਆਂ ਅੱਜ। ਲੈ ਵੀ ਅਭੀ ਵੇਲੀ 'ਚ ਮੈਂ ਤਾਂ ਕਦ ਕਾਪੀ ਧੋਈ ਲਈ ਹੈ। ਫਿਰ ਕਿਚਨ ਆਪਣਾ ਇਤਕਾਫ ਤੇ ਬਹਿੰਦੇ ਆਏ ਹੁੰਦਾ ਸੀਗਾ, ਨਮਾਜ਼ ਪੜ੍ਹ ਲਈ, ਰੋਜ਼ਾ ਰੱਖ ਲਿਆ, ਸੋ ਲਿਆ, ਅਫਤਾਰੀ ਕਰ ਲਈ, ਤਸਹਿਰੀ ਕਰ ਲਈ, ਇੱਥੇ ਕੀ ਕਰਦੇ? ਸੋ ਲਿਆ, ਖਾ ਲਿਆ, ਫਿਲਮ ਵੇਖ ਲਈ, ਫਿਰ ਸੋ ਗਏ। ਨਮਾਜ਼ ਵੀ ਨਹੀਂ ਪੜ੍ਹਦੇ? ਨਹੀਂ, ਨਮਾਜ਼ ਪੜ੍ਹੀ ਸੀ ਅੱਜ, ਨਹੀਂ ਹੋਵੇ। ਇੱਕ ਹੀ ਪੜ੍ਹ ਲਈ ਸੀ ਬਸ। ਹੋਰ ਤਾਂ ਕੋਈ ਰਹਿਣ ਵਾਲੇ ਹਰ ਛੋਟੇ ਮੋਟੇ ਸ਼ਹਿਰ ਤੇ ਕਸਬਿਆਂ ਦੇ ਮੁੰਡਿਆਂ ਦਾ ਇਹੀ